ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ ਸੋ ਜਿਸ ਤਰ੍ਹਾਂ ਤੁਸੀਂ ਥੰਬਨੇਲ ਦੇਖ ਰਹੇ ਹੋ ਵਾਰਡ اٹੈਂਡੈਂਟ ਬੀਟਿੰਗ ਲਿਸਟ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਠੀਕ ਹੈ ਹੱਕ ਦੀ ਗੱਲ ਕਰਨੀ ਆ ਜੈਨੂਨ ਗੱਲ ਕਰਨੀ ਆ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹਨਾ ਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਉਮੀਦਵਾਰਾਂ ਦੇ ਕਮੈਂਟ ਆਉਂਦੇ ਰਹਿੰਦੇ ਨੇ ਠੀਕ ਹੈ ਫੋਨ ਵੀ ਆਉਂਦੇ ਨੇ WhatsApp ਮੈਸੇਜ ਵੀ ਆਉਂਦੇ ਨੇ YouTube ਕਮੈਂਟ ਵੀ ਆਉਂਦੇ ਨੇ ਕਿ ਜੇ ਵਾਰਡ اٹੈਂਡੈਂਟ ਭਰਤੀ ਬਾਰੇ ਕੁਝ ਦੱਸਿਆ ਜਾਵੇ ਸਪੋਰਟਸ ਕੈਟਾਗਰੀ ਹੈਂਡੀਕੈਪ ਕੈਟਾਗਰੀ ਜਾਂ ਫਿਰ ਵੇਟਿੰਗ ਲਿਸਟ ਸੋ ਇਹ ਵਿਦਿਆਰਥੀ ਕਿਤਨਾ ਕਿਤੇ ਗੁੰਮਰਾਹ ਹੋ ਜਾਂਦੇ ਨੇ ਹਨਾ ਮਤਲਬ YouTube ਤੇ ਕਮੈਂਟ ਜਾਂ WhatsApp ਤੇ ਕਮੈਂਟ ਕਰਕੇ ਹੁੰਦਾ ਕੁਝ ਨਹੀਂ ਕਿਉਂਕਿ ਕਿਸੇ ਵੀ YouTuber ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈਗੀ ਕਿ ਉਹ ਕੁਝ ਕਰ ਦੇਵੇ ਠੀਕ ਹੈ ਤੇ ਪਰ ਮੈਂ ਤੁਹਾਡੇ ਹੱਕ ਦੇ ਲਈ ਤੁਹਾਡੀ ਆਵਾਜ਼ ਬੁਲੰਦ ਕਰਨ ਦੇ ਲਈ ਇੱਕ ਆਰਟੀਕਲ ਨਿਊਜ਼ਪੇਪਰ ਦੇ ਵਿੱਚ ਲਿਖ ਕੇ ਭੇਜਾਂਗਾ ਠੀਕ ਹੈ ਤੇ ਹੁਣ ਉਮੀਦ ਕਰਾਂਗੇ ਕਿ ਅਗਰ ਉਹ ਛਾਪ ਦਿੰਦੇ ਨੇ ਤਾਂ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਤਾਂ ਕਿ ਤੁਹਾਡੇ ਜਿਹੜੇ ਹੱਕ ਨੇ ਬਣਦੇ ਉਹ ਤੁਹਾਨੂੰ ਮਿਲ ਸਕਣ ਪੋਸਟ ਚ ਹੈ ਵਾਰਡ اٹੈਂਡੈਂਟ ਦੀ ਹੈ ਚਾਹੇ ਮੁਹੱਲਾ ਕਲੀਨਿਕ ਦੀ ਗੱਲ ਕਰ ਲਈਏ ਚਾਹੇ ਪਾ ਕਿਸੇ ਵੀ ਹੋਰ ਕੋਰਸ ਦੀ ਐਡਮਿਸ਼ਨ ਦੀ ਗੱਲ ਕਰ ਲਈਏ ਤਾਂ ਬਾਬਾ ਫਰੀਦ ਜਿਹੜੀ ਯੂਨੀਵਰਸਿਟੀ ਆ ਇਹਦਾ ਕੋਈ ਬਾਲੀਵਾਰਸ ਨਹੀਂ ਹੈਗਾ ਹਨਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ 2 ਨੰਬਰ ਦੇ ਰੁਪਏ ਇਕੱਠੇ ਕੀਤੇ ਜਾਂਦੇ ਨੇ ਬਹੁਤ ਬਹੁਤ ਜ਼ਿਆਦਾ ਬੁਰਾ ਹਾਲ ਇਹ ਯੂਨੀਵਰਸਿਟੀ ਕਰਦੀ ਹੈ ਇਸ ਵਾਰ ਤਾਂ ਹੱਦ ਕਰਤੀ ਕਿ ਮੁਹੱਲਾ ਕਲੀਨਿਕ ਵਾਲੋਂ ਤਾਂ ਰਿਜ਼ਲਟ ਤੱਕ ਨਹੀਂ ਦਿੱਤਾ ਗਿਆ ਠੀਕ ਹੈ ਜੀ ਤਾਂ ਹੁਣ ਮੈਂ ਇਸ ਦੇ ਵਿੱਚ ਕੁਝ ਅੰਸ਼ ਤੁਹਾਨੂੰ ਦੱਸ ਰਿਹਾ ਵੀ ਮੈਂ ਕੀ ਲਿਖਿਆ ਆਰਟੀਕਲ ਦੇ ਵਿੱਚ ਠੀਕ ਹੈ ਮੈਂ ਸ਼ੁਰੂਆਤ ਕੀਤੀ ਸੀ ਫੀਸਾਂ ਤੋਂ ਨਰਸਿੰਗ ਕੋਰਸ ਵਿੱਚ ਦਾਖਲਾ ਲੈਣ ਦੇ ਲਈ ਜਿਹੜੀ ਪੰਜਾਬ ਪੈਰਾਮੈਡੀਕਲ ਐਂਟ੍ਰੈਂਸ ਟੈਸਟ ਹੋਇਆ ਸੀ ਉਹਦੀ ਫੀਸ 3540 ਰੁਪਏ ਸੀ ਪੇਪਰ ਦੇਣ ਦੀ ਫੀਸ ਠੀਕ ਹੈ ਜੀ ਇਸੇ ਤਰ੍ਹਾਂ ਕੁਝ ਹੋਰ ਕੋਰਸਾਂ ਦੇ ਵਿੱਚ ਮੈਂ ਯੂਨੀਵਰਸਿਟੀ ਦੇ ਲਿਖਿਆ ਨੇ ਜਿਵੇਂ ਐਂਟ੍ਰੈਂਸ ਫੀਸ ਜਿਹੜੀ ਪਜੀ ਦੀ ਸੀਗੀ ਇੱਕ ਸੌਰੀ ਪਜੀ ਨਹੀਂ ਐਗਰੀਕਲਚਰ ਯੂਨੀਵਰਸਿਟੀ ਦੀ ਤਔ 5640 ਰੁਪਏ ਸੀ ਠੀਕ ਹੈ ਪੀਜੀ ਚੰਡੀਗੜ੍ਹ ਦੀ ਨਰਸਿੰਗ ਦੀ ਫੀਸ 1500 ਰੁਪਏ ਸੀ ਤੇ ਨਾਲ ਹੀ ਨੌਕਰੀ ਪ੍ਰੀਖਿਆ ਲਈ ਅਰਜ਼ੰਦ ਦੀ ਜਿਹੜੀ ਫੀਸ ਮੁਹੱਲਾ ਕਲੀਨਿਕ ਵਾਸਤੇ ਸੀ ਇਹ ਵੀ 1180 ਰੁਪਏ ਸੀ ਤਾਂ ਮੁਹੱਲਾ ਕਲੀਨਿਕ ਦੇ ਪੋਸਟਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਇਹ ਕੱਚੀਆਂ ਪੋਸਟਾਂ ਨੇ ਇੱਕ ਤਰ੍ਹਾਂ ਦੀਆਂ ਇਹਦੇ ਚ ਪਤਾ ਨਹੀਂ ਇਹ ਕਿੰਨੇ ਕੁ ਮਹੀਨੇ ਚੱਲਣਗੇ ਕਲੀਨਿਕ ਕਿੰਨੇ ਮਹੀਨੇ ਨਹੀਂ ਠੀਕ ਹੈ ਕੋਈ ਗਾਰੰਟੀ ਨਹੀਂ ਦੇਦੀ ਸੋ ਜਿਹੜੇ ਇਹ ਸੈਲਰੀ ਮਿਲਦੀਆਂ ਤਾਂ ਉਹ ਵੀ ਇੱਕ ਤਰ੍ਹਾਂ ਦਾ ਦਿਹਾੜੀ ਸਿਸਟਮ ਹੈ 11 ਰੁਪਏ ਪਰ ਮਰੀਜ਼ ਕਲੀਨिकल ਅਸਿਸਟੈਂਟ ਨੂੰ ਤੇ 12 ਰੁਪਏ ਪ੍ਰਤੀ ਮਰੀਜ਼ ਮਿਲ ਲਾਏਗਾ ਫਾਰਮਾਸਿਸਟ ਨੂੰ ਤੇ 50 ਰੁਪਏ ਪ੍ਰਤੀ ਮਰੀਜ਼ ਮਿਲ ਲੈਣੇ ਡਾਕਟਰ ਨੂੰ ਠੀਕ ਹੈ ਜੀ ਤਾਂ ਇਹ ਕਿੰਨਾ ਚ ਚੱਲਣਗੇ ਕੋਈ ਗਰੰਟੀ ਨਹੀਂ ਹੈਗੀ ਇਹਦੀ ਤੇ ਉਹਦੇ ਵਿੱਚ ਵੀ ਤੁਸੀਂ ਦੇਖੋ ਵੀ 109 ਪੋਸਟਾਂ ਕੱਢ ਕੇ 3500 ਤੋਂ ਵੱਧ ਫਾਰਮਾਸਿਸਟਾਂ ਤੋਂ ਤੇ ਲਗਭਗ ਇੰਨੇ ਹੀ ਨਰਸਸ ਤੋਂ ਐਗਜ਼ਾਮ ਲਿਆ ਗਿਆ ਪੈਸੇ ਇਕੱਠੇ ਕੀਤੇ ਗਏ ਤੇ ਇਹਦੇ ਵਿੱਚ ਵੀ ਬਿਨਾ ਨਤੀਜਾ ਜਾਰੀ ਕੀਤੇ ਕਾਉਂਸਲਿੰਗ ਤੇ ਬੁਲਾ ਲਏ ਪਹਿਲੇ 500 ਉਮੀਦਵਾਰ ਠੀਕ ਹੈ ਉਮੀਦਵਾਰ ਜਿਹੜੇ ਕਾਉਂਸਲਿੰਗ ਦੇ ਸੀ ਉਹਨਾਂ ਨੂੰ ਵੀ ਅਜੇ ਤੱਕ ਨਹੀਂ ਪਤਾ ਕਿ ਉਹਨਾਂ ਨਾਲ ਕੀ ਹੋਇਆ ਕਿ ਨਹੀਂ ਹੋਇਆ ਸੋ ਜਿਨ੍ਹਾਂ ਨੂੰ ਜੁਆਇਨ ਕਰਾਉਣਾ ਸੀ ਉਹਨਾਂ ਨੂੰ ਲੈਟਰ ਦੇ ਕੇ 15 ਅਗਸਤ ਨੂੰ ਜੁਆਇਨ ਕਰਵਾ ਲਿਆ ਤੇ ਉਹ ਵੀ ਪੂਰੇ 75 ਕਲੀਨਿਕ ਉਹ 75 ਖੋਲਿਆ ਨੇ ਪੋਸਟ 109 ਕੱਢੀਆਂ ਸੀ 75 ਵਿੱਚੋਂ ਵੀ ਕਿੰਨੇ ਰੱਖਣੇ ਕੋਈ ਵੀ ਲਿਸਟ ਜਾਰੀ ਨਹੀਂ ਕੀਤੀ ਗਈ ਠੀਕ ਹੈ ਜੀ ਤਾਂ ਇਹਦੇ ਚ ਟਰਾਂਸਪੇਰੈਂਸੀ ਕਿਤੇ ਹੋਈ ਹੈ ਕਿਤੇ ਨਹੀਂ ਹੋਈ ਕੁਝ ਵੀ ਪਤਾ ਨਹੀਂ ਹੈਗਾ ਤਾਂ ਵਿਦਿਆਰਥੀ ਇਹਦੇ ਬਾਰੇ ਵੀ YouTube ਤੇ ਪੁੱਛੀ ਜਾਂਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਿ ਜੀ ਮਹੱਲਾ ਕਲੀਨਿਕ ਦਾ ਰਿਜ਼ਲਟ ਕਦੋਂ ਆਊਗਾ ਜਦ ਕਿ ਮਹੱਲਾ ਕਲੀਨਿਕ ਵਾਲਿਆਂ ਦੀ ਜੁਆਇਨਿੰਗ ਵੀ ਹੋ ਚੁੱਕੀ ਹੈ ਤਾਂ ਉਹਨਾਂ ਦੀ ਜੁਆਇਨਿੰਗ ਹੋ ਕਿਸੇ मतलब योग पसंद दी ਸਾਰਿਆਂ ਦੀ ਜੋਗ ਹੋਈ ਆ ਜਾਂ ਨਹੀਂ ਹੋਈ ਤਾਂ ਉਹਦੇ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ ਤੇ ਫਿਰ ਇਸ ਆਰਟੀਕਲ ਦੇ ਵਿੱਚ ਮੈਂ ਵਾਰਡ ਅਟੈਂਡਡ ਵਾਲਿਆਂ ਦਾ ਮੁੱਦਾ ਚੁੱਕਿਆਗਾ ਠੀਕ ਹੈ 2 ਸਾਲ ਤੋਂ ਉੱਪਰ ਬੀਤ ਚੁੱਕੇ ਨੇ ਇਹ ਭਰਤੀ ਹਜੇ ਵੀ ਆਪਾਂ ਨੂੰ ਪੂਰੀ ਨਹੀਂ ਕਹਿ ਸਕਦੇ ਕਿਉਂਕਿ ਹਜੇ ਵੀ ਹੈਂਡੀਕੈਪ ਤੇ ਸਪੋਰਟਸ ਕੈਟਾਗਰੀ ਜਿਹੜੀ ਹੈਗੀ ਆ ਉਹਨਾਂ ਵਿਚਾਰਿਆਂ ਦਾ ਹਜੇ ਕੁਝ ਵੀ ਪਤਾ ਨਹੀਂ ਹੈਗਾ ਵੀ ਲਿਸਟ ਜੋਇਨਿੰਗ ਉਹਨਾਂ ਦੀ ਹੋਈ ਆ ਨਹੀਂ ਹੋਈ ਆ ਕਦੋਂ ਹੋਣੀ ਆ ਠੀਕ ਹੈ ਤੇ ਨਾਲ ਹੀ ਪਗਲ ਕਰੀ ਕਿ 800 ਪੋਸਟਾਂ ਸੀ 2400 ਬੱਚੇ ਬੁਲਾਏ ਗਏ ਸੀਗੇ ਚਲੋ ਇਹ ਰੂਲ ਹੁੰਦਾ ਤਿੰਨ ਗੁਣਾ ਬਲਾਉਂਦੇ ਨੇ ਕਾਉਂਸਲਿੰਗ ਤੇ ਪਰ 2400 ਤੋਂ ਪੈਸੇ ਲੈਣੇ ਕਿਤੇ ਨਾ ਕਿਤੇ ਬਹੁਤ ਗਲਤ ਹੈ ਜੇ 800 ਚ ਜੋਇਨਿੰਗਸ ਜੋਇਨਿੰਗ ਨਾ ਕਰਦੇ ਵਿਦਿਆਰਥੀ ਤਾਂ ਉਸ ਤੋਂ ਅਗਲੇਾਂ ਤੋਂ ਪੈਸੇ ਲੈ ਲੈਂਦੇ ਠੀਕ ਹੈ ਜਿਨ੍ਹਾਂ ਦੀ ਜੋਇਨਿੰਗ ਦੀ ਕੋਈ ਉਮੀਦ ਹੁੰਦੀ ਤਾਂ ਸਾਰਿਆਂ ਤੋਂ ਪੈਸੇ ਵਟੋੜਨਾ ਇਹ ਇੱਕ ਬਹੁਤ ਸਰਾਸਰ ਠੱਗਾ ਹੈ ਤੇ ਇੱਥੇ ਹੀ ਬੱਸ ਨਹੀਂ ਹੁੰਦੀ 2400 ਤੋਂ ਬਾਅਦ ਫਿਰ ਪੁੱਛ ਬੱਚੇ ਬਲਾਏ ਗਏ ਸੀ ਮੇਰੇ ਖਿਆਲ ਚ ਲਗਭਗ ਇਹਨਾਂ ਨੇ 5 ਗੁਣਾ ਬੱਚੇ ਬਲਾਏ ਓਵਰਆਲ ਤੇ ਉਹਨਾਂ ਤੋਂ ਵੀ ਪੈਸੇ ਹੜੱਪ ਕੀਤੇ ਗਏ ਠੀਕ ਹੈ 500 ਰੁਪਿਆ 250 ਰ ਸੋ ਗੱਲ ਉੱਥੇ ਉਹਨੇ ਬਣਦੀ ਆ ਵੀ ਜੇ ਤੁਸੀਂ ਉਹਨੂੰ ਤਾਂ ਕਾਉਂਸਲਿੰਗ ਦੇ ਪੈਸੇ ਲੈਣ ਤਾਂ ਕਿਸ ਆਧਾਰ ਤੇ ਲੈਨੇ ਠੀਕ ਹੈ ਜੇ ਤੁਸੀਂ ਉਹਨੂੰ ਤਾਂ ਪੈਸੇ ਲਈ ਲੈਨੇ ਤਾਂ ਵੇਟਿੰਗ ਲਿਸਟ ਕਿਉਂ ਨਹੀਂ ਜਾਰੀ ਕੀਤੀ ਜਾਂਦੀ ਕਾਰਨ ਕੀ ਆ ਕਿ ਜਿਹੜੇ ਵਿਦਿਆਰਥੀਆਂ ਨੇ ਜੁਆਇਨ ਕੀਤਾ ਸੂਚ ਬਹੁਤ ਸਾਰੇ ਵਿਦਿਆਰਥੀਆਂ ਦੇ ਕਿਸੇ ਹੋਰ ਨੌਕਰੀ ਵਿੱਚ ਨੰਬਰ ਆ ਚੁੱਕੇ ਨੇ ਤੇ ਉਹ ਛੱਡ ਚੁੱਕੇ ਨੇ ਠੀਕ ਹੈ ਤੇ ਕੁਝ ਵਿਦਿਆਰਥੀ ਐਸੇ ਵੀ ਨੇ ਜਿਨ੍ਹਾਂ ਨੂੰ ਜੋਬ ਪਸੰਦ ਨਹੀਂ ਆਈ ਠੀਕ ਹੈ ਬਹੁਤ ਉਦਾਹਰਨਾਂ ਨੇ ਮੇਰੇ ਕੋਲ ਤਾਂ ਉਹਨਾਂ ਨੇ ਜੁਆਇਨ ਨਹੀਂ ਕੀਤਾ ਜਾਂ ਫਿਰ ਕਰਕੇ ਛੱਡਤਾ ਸੋ ਹੁਣ ਗੱਲ ਕਰ ਲਈਏ ਵੀ ਜਦੋਂ ਬਹੁਤ ਸਾਰੀਆਂ ਵੈਕੈਂਸੀਜ਼ ਦੁਬਾਰਾ ਤੋਂ ਹੋ ਗਈਆਂ ਤੇ ਬਹੁਤ ਸਾਰੀਆਂ ਪਹਿਲਾਂ ਵੀ ਹੋਰ ਘਾਟ ਹੀ ਭਰੀਆਂ ਗਈਆਂ ਸੀ 800 ਤੋਂ ਵੱਧ ਵੈਕੈਂਸੀਜ਼ ਸਿਗੀਆਂ ਕਿਉਂਕਿ ਵਾਰ ਰੈਂਟ ਦੀ ਬਹੁਤ ਜ਼ਿਆਦਾ ਲੋਡ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਸੋ ਜੇ ਪੈਸੇ ਇਕੱਠੇ ਕੀਤੇ ਗਏ ਸੀ ਕਾਉਂਸਲਿੰਗ ਦੇ ਨਾਮ ਤੇ ਤਾਂ ਉਹਨਾਂ ਹੀ ਵਿਦਿਆਰਥੀਆਂ ਦੀ ਜੁਆਇਨਿੰਗ ਜ਼ਰੂਰ ਕਰਵਾਉਣੀ ਚਾਹੀਦੀ ਹੈ ਵੇਟਿੰਗ ਲਿਸਟ ਬਣਾ ਕੇ ਠੀਕ ਹੈ ਜੇ ਵੇਟਿੰਗ ਲਿਸਟ ਨਹੀਂ ਬਣਾਈ ਜਾ ਰਹੀ ਤਾਂ ਉਹ ਕਾਉਂਸਲਿੰਗ ਦੇ ਪੈਸੇ ਕਿਸ ਆਧਾਰ ਤੇ ਲੱਤੇ ਗਏ ਨੇ ਇਹ ਮਤਲਬ ਸਰਕਾਰ ਨੂੰ ਜਾਂ ਯੂਨੀਵਰਸਿਟੀ ਨੂੰ ਦੱਸਣਾ ਜ਼ਰੂਰ ਚਾਹੀਦਾ ਹੈ ਠੀਕ ਹੈ ਤਾਂ ਇਹਦੇ ਲਈ ਕਰਨਾ ਕੀ ਹੈ ਕਿ ਜਿਹੜੇ ਬੱਚੇ ਦੀ ਜੁਆਇਨਿੰਗ ਲੱਗਦਾ ਵੀ ਸੀ ਕਰ ਸਕਦੇ ਸੀ ਜਾਂ ਕਰ ਸਕਦੇ ਹਾਂ ਉਹਨਾਂ ਸਾਰੇ ਬੱਚਿਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਆਪ ਦਾ ਇੱਕ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਕੇ ਆਪਣਾ ਹੱਕ ਮੰਗਣਾ ਚਾਹੀਦਾ ਹੈ ਠੀਕ ਹੈ ਸਤਿਕਾਰ ਨਾਲ ਹੱਕ ਮੰਗਣਾ ਕਿਉਂਕਿ ਤੁਸੀਂ ਇਸ ਦੇ ਹੱਕਦਾਰ ਹੈਗੇ ਹੋ ਕਿਉਂਕਿ ਤੁਸੀਂ ਪੈਸੇ ਪੇ ਕੀਤੇ ਨੇ ਪੇਪਰ ਦਿੱਤੇ ਨੇ ਸਭ ਕੁਝ ਤੁਸੀਂ ਇੱਕ ਨੰਬਰ 'ਚ ਜੈਨੂਨ ਕੰਮ ਕੀਤਾਗਾ ਠੀਕ ਹੈ ਕੋਈ ਕਿਸੇ ਤਰ੍ਹਾਂ ਦਾ ਮਤਲਬ ਜਿਹੜਾ ਹੱਕ ਹੈਗਾ ਉਹ ਇਕੱਠੇ ਹੋ ਕੇ ਹੀ ਲੈਤਾ ਜਾ ਸਕਦਾ ਹੈਗਾ ਆਦਰਵਾਇਸ ਤੁਹਾਨੂੰ ਕਿਸੇ YouTube ਤੋਂ ਜਾਂ ਕਿਸੇ WhatsApp ਤੇ ਕਮੈਂਟ ਕਰਨ ਨਾਲ ਕੁਝ ਨਹੀਂ ਮਿਲਣ ਵਾਲਾ ਸੋ ਉਮੀਦ ਕਰਦਾ ਵੀ ਤੁਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਇਹ ਜਿਹੜੀ ਹੱਕ ਦੀ ਲੜਾਈ ਉਹ ਲੜੋਗੇ ਅਤੇ ਅ지ਹਾ ਕਰਨ ਨਾਲ ਆਉਣ ਵਾਲੀਆਂ ਸਰਕਾਰਾਂ ਲਈ ਤੇ ਆਉਣ ਵਾਲੀਆਂ ਨੌਕਰੀਆਂ ਦੇ ਲਈ ਜਿਹੜਾ ਹੈਗਾ ਰਾਹ ਸਿੱਧੇ ਹੋ ਜਾਣਗੇ ਕਿਉਂਕਿ ਸਭ ਨੂੰ ਪਤਾ ਲੱਗ ਜਾਵੇਗਾ ਕਿ ਜਿਹੜੇ ਵਿਦਿਆਰਥੀ ਵਰਗ ਉਹ ਜਾਗਿਆ ਹੋਇਆ ਹੈ ਤੇ ਉਹਨੂੰ ਹੁਣ ਇਸ ਤਰ੍ਹਾਂ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਥੈਂਕ ਯੂ ਥੈਂਕਸ ਫਾਰ